ਜਲੰਧਰ ਡਿਵੀਜ਼ਨ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਸਭਰਵਾ ਭਗਵਾਨ ਵਾਲਮੀਕਿ ਆਸ਼ਰਮ ਵਿਖੇ ਨਤਮਸਤਕ ਹੋਏ ਅਤੇ ਨਵੀਂ ਜ਼ਿੰਮੇਵਾਰੀ ਮਿਲਣ ਤੇ ਭਗਵਾਨ ਵਾਲਮੀਕਿ ਜੀ ਦਾ ਧੰਨਵਾਦ ਕੀਤਾ। ਇਸ ਮੌਕੇ ਧੂਨਾ ਸਾਹਿਬ ਟਰੱਸਟ ਵੱਲੋਂ ਮਹੰਤ ਮਲਕੀਤ ਨਾਥ ਅਤੇ ਚੇਅਰਮੈਨ ਓਮ ਪ੍ਰਕਾਸ਼ ਗੱਬਰ ਵੱਲੋਂ ਉਹਨਾਂ ਨੂੰ ਵਧਾਈ ਦਿੰਦਿਆਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾਕਟਰ ਰਾਜੂ ਚੌਹਾਨ, ਸਿਕੰਦਰ ਚੌਹਾਨ, ਸੰਨੀ ਪ੍ਰਧਾਨ, ਸੰਤ ਰੂਪ ਲਾਲ ਸਮੇਤ ਵੱਡੀ ਗਿਣਤੀ ਵਿੱਚ ਵੱਖ ਵੱਖ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ। ਅੱਜ ਦਾ ਮੇਰਾ ਜਿਹੜੀ ਅੰਮ੍ਰਿਤਸਰ ਦੀ ਫੇਰੀ ਹੈ ਉਹ ਪਿਓਰਲੀ ਰਿਲੀਜੀਅਸ ਫੇਰੀ ਹੈ। ਉਹਦੇ ਵਿੱਚ ਮੈਂ ਭਗਵਾਨ ਵਾਲਮੀਕਿ ਮਹਾਰਾਜ ਦੇ ਦਰਸ਼ਨ ਕਰਨ ਦੇ ਲਈ, ਉਹਨਾਂ ਨੂੰ ਨਤਮਸਤਕ ਹੋਣ ਦੇ ਲਈ ਮੈਂ ਅੰਮ੍ਰਿਤਸਰ 'ਚ ਆਇਆ ਹੈ। ਅੱਜ ਭਗਵਾਨ ਵਾਲਮੀਕਿ ਉੱਥੇ ਆ ਕੇ ਮੈਨੂੰ ਪ੍ਰਭੂ ਦੀਆਂ ਖੁਸ਼ੀਆਂ ਪ੍ਰਾਪਤ ਹੋਈਆਂ, ਉਹਨਾਂ ਦਾ ਮੈਨੂੰ ਆਸ਼ੀਰਵਾਦ ਮਿਲਿਆ ਤਾਂ ਕਿ ਮੈਂ ਹੋਰ ਤਕੜਾ ਹੋ ਕੇ ਆਪਣੇ ਸਮਾਜ ਦੀ, ਸਮੂਹ ਸਮਾਜ ਦੀ, ਲੋਕਾਂ ਦੀ ਸੇਵਾ ਕਰ ਸਕਾਂ। ਜਿੱਥੇ ਸਾਰਿਆਂ ਨੂੰ ਇਹ ਗੱਲ ਦਾ ਪਤਾ ਹੈ, ਡਾਕਟਰ ਬੀ ਆਰ ਅੰਬੇਦਕਰ ਸਾਹਿਬ ਜਿਨ੍ਹਾਂ ਦੀ ਦੌਲਤ ਜਿਹੜੇ ਲੋਕਾਂ ਸਮਾਜ ਦੇ ਵਿੱਚ ਅੱਗੇ ਪੜ੍ਹਨ ਦੇ ਵਿੱਚ, ਅੱਗੇ ਵਧਣ ਦੇ ਵਿੱਚ ਕਾਮਯਾਬ ਹੋਏ ਆ, ਉਹਦੇ ਲਈ ਬਿਲਕੁਲ ਮੈਂ ਜਿੱਦਾਂ ਇਹਨਾਂ ਨੂੰ ਕਿਹਾ ਕਿ ਇਹਨਾਂ ਸਾਰੀਆਂ ਗੱਲਾਂ ਦਾ ਹੈ ਕੀ, ਇਹਨਾਂ ਸਾਰੀਆਂ ਗੱਲਾਂ ਦਾ ਇੱਕੋ ਹੀ ਹੱਲ ਐਜੂਕੇਸ਼ਨ। ਸਾਡੀਆਂ ਸਾਰੀਆਂ ਜਿੰਨੀਆਂ ਬੁਰਾਈਆਂ ਹੈ, ਕਿਉਂਕਿ ਜਿਹੜਾ ਮੇਰਾ ਸਮਾਜ ਆ ਉਸਦੇ ਵਿੱਚ ਪੜ੍ਹਾਈ ਦੀ ਬੜੀ ਘਾਟ ਹੈ, ਅਤੇ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਹਾਂ ਆਪਾਂ ਆਪਣੇ ਆਪਣੇ ਬੱਚਿਆਂ ਨੂੰ ਪੜ੍ਹਾਈਏ। ਅੱਜ ਜੋ ਪਾਵਣ ਵਾਲਮੀਕ ਤੀਰਥ ਦੇ ਉੱਤੇ ਸਾਡੀ ਕੌਮ ਦੇ ਹੀਰੇ ਜੋ ਪਾਵਣ ਵਾਲਮੀਕ ਤੀਰਥ ਦੇ ਉੱਤੇ ਨਤਮਸਤਕ ਹੋਣ ਵਾਸਤੇ ਆਏ ਨੇ, ਜਿੰਨੇ ਕਦਮ ਚੱਲ ਕੇ ਆਏ ਨੇ ਪਰਮਾਤਮਾ ਵਾਲਮੀਕ ਮਹਾਰਾਜ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਡਾਕਟਰ ਭੀਮ ਅੰਬੇਦਕਰ ਜੀ ਦੇ ਸਨਮਾਨ ਦਾ ਜੋ ਫਲ ਮਿਲਿਆ ਹੈ, ਜੋ ਸਤਿਕਾਰ ਮਿਲਿਆ ਹੈ, ਅਸੀਂ ਉਹਨਾਂ ਦਾ ਇੱਕ ਬਹੁਤ ਧੰਨਵਾਦ ਕਰਦੇ ਹਾਂ। ਧੰਨਵਾਦ ਕਰ ਰਹੇ ਹਾਂ ਪੰਜਾਬ ਦੇ ਮੁੱਖ ਮੰਤਰੀ ਮਾਨਯੋਗ ਵਰਤਮਾਨ ਜੀ ਦਾ, ਜਿਨ੍ਹਾਂ ਨੇ ਸਾਡੀ ਕੌਮ ਦੇ ਸਿਤਾਰਿਆਂ ਨੂੰ ਬਹੁਤ ਪਿਆਰ ਕਰਦੇ ਹਾਂ। ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ।